ਨਾਲੇ ਮਨ ਨਾ ਮਨ ਮੈਨੂੰ ਪੂਰਾ ਸ਼ੱਕ ਹੈ ਮੰਮੀ ਤੇ, ਉਹ ਗੱਲ ਕਿਸੇ ਹੋਰ ਨਾਲ ਕਰਦੀ ਸੀ, ਪਤਾ ਤਾਂ ਕਰਕੇ ਛੱਡੂ ਮੈਂ। ਓਹੋ, ਮੰਮੀ ਚਾਹੇ ਕਿਸੇ ਮਰਜ਼ੀ ਨਾਲ ਗੱਲ ਕਰਦੀ ਸੀ, ਪਰ ਤਾਰੀ ਸਾਹਮਣੇ ਨਹੀਂ ਸੀ ਗੱਲ ਕਰਨੀ ਚਾਹੀਦੀ। ਕਿਤੇ ਤਾਰੀ ਨੂੰ ਸੱਚਾਈ ਦਾ ਪਤਾ ਵੀ ਨਾ ਲੱਗ ਜੇ, ਜੇ ਪਤਾ ਲੱਗ ਗਿਆ ਫਿਰ। ਚਾਚੀ ਚਾਚੀ ਕਿਹੜੀ ਹੈ? ਲੈ ਚਾਚੀ ਭੁੱਲ ਵੀ ਗਈ, ਕੱਲ ਤਾਂ ਤੂੰ 4 ਘੰਟੇ ਮੇਰੇ ਕੋਲੇ ਬਹਿ ਕੇ ਆਈ ਆ, ਮੱਥਾ ਟੇਕਨੇ ਚਾਚੀ। ਰਾਜੀ ਰਹਿ, ਕਿੱਦਾਂ ਠੀਕ ਹੈ? ਹਾਂ ਚਾਚੀ ਠੀਕ। ਕੱਲ ਤੂੰ ਆਪਣਾ ਸਹੁਰਾ ਭੇਜਿਆ ਨਹੀਂ, ਮੈਂ 4 ਘੰਟੇ ਤੇਰੇ ਲਵੇ ਬੈਠੀ ਰਹੀ ਵੀ ਮੇਰੀ ਗੱਲ ਸੁਣ ਜਵੇ। ਉਹ ਚਾਚੀ ਕੱਲ ਵੀ ਉਹਨਾਂ ਨੂੰ ਕਚਹਿਰੀਆਂ ਦੇ ਕੰਮ 'ਚ ਨਾ ਲੇਟ ਹੋ ਗਿਆ, 5 ਵਜੇ ਆਏ, ਫਿਰ ਉਦੋਂ ਆਥਣ ਸੀਗਾ, ਫਿਰ ਤਾਂ ਕਰਕੇ ਅੱਜ ਫਿਰ ਤੜਕੀ ਵਗ ਗਏ। ਲੈ ਦੱਸ ਉਹ ਕਿਹੜਾ ਉੱਠਦੇ ਸਾਰ ਹੀ ਵਗ ਗਿਆ ਜਾਂ ਕੱਲ ਆਉਂਦਾ ਹੀ ਸੌਂ ਗਿਆ? ਮੇਰੀ ਗੱਲ ਸੁਣ ਜਾਂਦਾ ਚਾਚੀ, ਆਏ ਆ ਵੀ ਫਿਰ ਉਹਨੂੰ ਵੀ ਰੈਸਟ ਚਾਹੀਦੀ ਹੁੰਦੀ ਆ ਨਾ, ਵੀ ਸਾਰਾ ਦਿਨ ਤਾਂ ਕੱਲ ਉਹ ਕਚਹਿਰੀਆਂ 'ਚ ਰਹੇ। ਇਹ ਤਾਂ ਗੱਲ ਹੈ ਭਾਈ, ਉਹ ਕੱਲਾ ਬੰਦਾ ਸਾਰੇ ਪਿੰਡ ਦੀ ਸੁਣਨ ਵਾਲਾ। ਹਾਂ ਚਾਚੀ, ਚੱਲ ਕੋਈ ਨਹੀਂ, ਚਾਹ ਬਣਾਵਾਂ ਪੁੱਤ? ਨਾ ਚਾਚੀ, ਬਸ ਚਾਹ ਤਾਂ ਬਸ ਮੈਂ ਬੀਮਾ ਆਖਿਆ ਵਾ ਚਾਚੀ ਨੂੰ, ਮੈਂ ਸੁਨੇਹਾ ਲਾਇਆ ਵਾ, ਫਿਰ ਉਹ ਆਊਗੀ ਵਿਚਾਰੀ। ਮੈਂ ਪਤਾ ਚੱਲੀ ਸੀ ਤੇਰੇ ਲਵੇ, ਨਹਾ ਕੇ ਹਟੀ ਸੀ, ਮੈਂ ਕਿਹਾ ਚੱਲ ਮੈਂ ਜਾਇਆ ਵਾ, ਸਰਪੰਚ ਘਰੇ ਹੀ ਹੋਣਾ ਅੱਜ, ਆ ਤਾਂ ਤੂੰ ਵਧੀਆ ਗੱਲ ਕੀਤੀ, ਆ ਮੇਰੀ ਬਾਟ ਨਹੀਂ। ਹੋਰ ਚਾਚੀ ਮੈਂ ਚੱਲ, ਚੰਗਾ ਚਾਚੀ ਮੈਂ ਚੱਲਦੀ ਆ। ਅੱਛਾ ਚੰਗਾ, ਜੇ ਚਾਹ ਦਾ ਘੱਟ ਪੀਣਾ ਤਾਂ। ਨਾ ਨਾ ਚਾਚੀ, ਬਸ ਹੁਣ ਚਾਹ ਪੀ ਕੇ ਆਈ। ਨਾ ਨਾ ਚਾਚੀ, ਪੀ ਕੇ ਆਈ ਚਾਹ ਹੁਣ। ਚੰਗਾ, ਲੈ ਆ ਸਰਪੰਚ ਨੂੰ ਕਿਹਾ ਸੀ, ਉਹ ਵੀ ਹੁਣ ਕਚਹਿਰੀਆਂ ਦੇ ਗੇੜੇ ਮਾਰੀ ਜਾਂਦਾ। ਸਰਪੰਚ ਦੀ ਨੂੰ ਵੀ ਉੱਥੇ ਹੀ ਗੇਟ 'ਚੋਂ ਹੀ ਮੁੜ ਗਈ। ਮੰਮੀ ਆ ਗਈ। ਮੰਮੀ ਗੱਲ ਸੁਣਿਓ। ਹਾਂਜੀ ਦੱਸੋ। ਬੁਲਾਇਆ ਤਾਂ ਸਰਪੰਚ ਨੂੰ ਸੀਗਾ, ਸਰਪੰਚ ਦੀ ਨੂੰ ਕੀ ਕਰਨ ਆਈ ਸੀ ਘਰੇ? ਤੁਸੀਂ ਨਾ ਮੇਰੇ 'ਚ ਨਿਗਾਹ ਰੱਖਿਆ ਕਰੋ ਨਾ, ਤੁਹਾਨੂੰ ਦੱਸਣਾ ਜ਼ਰੂਰੀ ਆ ਵੀ ਸਰਪੰਚ ਦੀ ਨੂੰ ਮੇਰੇ ਲਵੇ ਕੀ ਕਰਨ ਆਈ ਸੀ, ਕੀ ਨਹੀਂ ਕਰਨ ਆਈ ਸੀ। ਸਾਡੇ ਕਹਿਣ ਦਾ ਮਤਲਬ ਇਹ ਆ ਵੀ ਕੰਮ ਆਪਾਂ ਨੂੰ ਸਰਪੰਚ ਤੱਕ ਸੀ, ਨਾ ਕਿ ਸਰਪੰਚ ਦੀ ਨੂੰ ਤੱਕ। ਸਰਪੰਚ ਤਾਂ ਨਹੀਂ ਆਇਆ, ਕਚਹਿਰੀਆਂ ਦੇ ਕੰਮ ਤੇ ਕੱਲ ਵੀ ਗਿਆ ਸੀ, ਮੈਂ 4 ਘੰਟੇ ਬੈਠ ਕੇ ਆਈ ਆ ਤੇ ਅੱਜ ਵੀ ਗਿਆ ਹੋਇਆ ਆ। ਭਾਈ ਆ ਜਾਊਗਾ, ਸਰਪੰਚ ਨੇ ਆਪਣੀ ਨੂੰ ਭੇਜਤੀ ਨਾ। ਅਸੀਂ ਤਾਂ ਸਰਪੰਚ ਦੇ ਘਰੇ ਕੱਲ ਦੇ ਗੇੜੇ ਮਾਰੀ ਜਾਂਦੇ ਆ, ਸਾਡੇ ਕਹੇ ਤੇ ਤਾਂ ਕੋਈ ਆਇਆ ਨਹੀਂ, ਤੇਰੇ ਕਹੇ ਤੇ ਨੂੰ ਬੜਾ ਆ ਗਈ ਚੱਲ ਕੇ ਉਰੇ ਨਾ। ਤੁਹਾਡੇ ਕਹੇ ਤੇ ਤਾਂ ਸਰਪੰਚ ਦਾ ਕੁੱਤਾ ਨਹੀਂ ਆਇਆ, ਮੇਰੇ ਜਾਏ ਤੇ ਨਾ ਆ ਸਰਪੰਚ ਨੇ ਆਪਣੀ ਨੂੰ ਭੇਜਤੀ। ਦੇਖ ਲਾ ਹੁਣ ਪਤਾ ਲੱਗਦਾ ਵੀ ਕਿਹਦੀ ਕਿੰਨੀ ਬਣੀ ਹੋਈ ਆ ਪਿੰਡ ਵਿੱਚ। ਫਿਰ ਵੀ ਅਗਲੇ ਨੇ ਮੇਰਾ ਹੀ ਕਹਿਣਾ ਮੰਨਿਆ, ਸਰਪੰਚ ਕਹਿੰਦੀ ਕੋਈ ਨਹੀਂ ਪਾਪਾ ਵੀ ਆਊਗਾ ਤੁਹਾਡੇ ਲਵੇ। ਕੋਈ ਨਾ ਮਾਂ, ਤੇਰੇ ਕਹੇ ਤਾਂ ਨੂੰ ਹੀ ਆਈ ਆ ਨਾ, ਉਹ ਆਪ ਸਰਪੰਚ ਤਾਂ ਨਹੀਂ ਤੀ, ਨਾਲੇ ਸਾਰਾ ਟੱਬਰ ਸਰਪੰਚ ਨਹੀਂ ਹੁੰਦਾ, ਜਿਹਦੇ ਹੱਥ ਪਾਵਰ ਹੈ ਨਾ ਉਹੀ ਹੁੰਦੀ ਹੈ। ਸਾਡੇ ਕਿਤੇ ਸਰਪੰਚ ਨੂੰ ਕੇਰਾ ਆਉਣ ਦੇ, ਤੈਨੂੰ ਸਾਰਾ ਕੁਝ ਕਰਕੇ ਦਿਖਾ ਦਾਂਗੇ। ਨਾਲੇ ਰਹੀ ਗੱਲ ਜਿਹੜੀ ਬਣੀ ਨਾ ਬਣੀ ਦੀ ਕਰਦੀ ਹੈ ਨਾ, ਪਿੰਡ 'ਚ ਕਿਉਂ ਨਹੀਂ ਨਿਕਲਦੀ ਹੁਣ ਤੂੰ? ਜਾ ਕੇ ਤਾਂ ਦਿਖਾ ਗੁਰੂ ਘਰ, ਉੱਤੇ ਤਾਂ ਇੱਕ ਦਿਨ 'ਚ ਮੁੜੇ ਕਹਿੰਦੀ ਹਾਂ ਲੋਕ ਮੀਣਾ ਮਾਰਦੇ ਨੇ। ਤੁਹਾਨੂੰ ਕੀ ਪਤਾ ਸੀ, ਇੱਕ ਵਾਰੀ ਟਾਲਾ ਲਾਉਣਾ ਸੀ ਅਗਲੇ ਨੇ ਲਾਤਾ, ਕੋਈ ਸਰਪੰਚ ਨਹੀਂ ਇੱਥੇ ਆਉਣ ਲੱਗਿਆ, ਮੈਨੂੰ ਸਭ ਪਤਾ। ਦੇਖ ਲਈ ਫਿਰ ਸਰਪੰਚ ਆਉਂਦਾ ਕਿ ਨਹੀਂ ਆਉਂਦਾ, ਮੈਂ ਮੂੰਹ ਤੋਂ ਦੀ ਹੱਥ ਫੇਰਦੀ ਆ ਜੇ ਨਾ ਸਰਪੰਚ ਆਇਆ। ਸਰਪੰਚ ਦੀ ਲੋੜ ਤਾਂ ਆਪਾਂ ਨੂੰ ਸੀ ਨਾ। ਹਾਂ ਮੈਂ ਵੀ ਤੁਹਾਡੇ ਕਰਕੇ ਬੁਲਾਉਣਾ ਸਰਪੰਚ, ਮੈਂ ਕਿਹੜਾ ਆਪਣੇ ਕਰਕੇ ਬੁਲਾਉਣਾ, ਮੈਂ ਉਹਨੂੰ ਕਹੂੰਗੀ ਵੀ ਜ਼ਮੀਨ ਤਾਂ 4 ਕਿੱਲੇ ਮੇਰੇ ਨਾਂ ਆ, ਤੂੰ ਦੱਸ ਕਿਵੇਂ ਵੰਡਦਾ, ਬੰਦੇ ਇਕੱਠੇ ਕਰੂੰਗੀ ਮੈਂ। ਤੁਹਾਡਾ ਹੱਲ ਹੋ ਜੇ ਗਿਆ, ਬੰਦੇ ਨਾ ਇਕੱਠੇ ਹੋਏ ਨਾ। ਹੋ ਗਿਆ ਮੰਮੀ, ਵਿਆਹ ਕਰਵਾ ਕੇ। ਹਾਂ ਹੱਲ ਹੋਇਆ ਨਾ, ਮੈਂ ਸਰਪੰਚ ਨੂੰ ਕਹੂੰਗੀ ਵੀ ਮੈਨੂੰ ਧਮਕੀਆਂ ਦਿੰਦੇ ਆ ਜ਼ਮੀਨ ਦੀਆਂ, ਮੇਰੇ ਤੋਂ ਜ਼ਮੀਨ ਖੋਣ ਨੂੰ ਫਿਰਦੇ ਆ। ਉਹ ਵੀ ਝੂਠੇ ਕਾਗਜ਼ ਤੂੰ ਤਿਆਰ ਕੀਤੇ ਸੀ ਨਾ, ਉਹ ਕਾਗਜ਼ ਤਿਆਰ ਕੀਤੇ ਸੀ ਨਾ, ਹੁਣ ਕੇਸ ਕਰੂੰਗੀ। ਮੇਰਾ ਹੱਕ ਹੈ, ਕੱਲਾ ਕੱਲਾ ਜਵਾਕ ਆ ਘਰ ਦਾ ਮੈਂ, ਮੇਰੇ ਨਾਲ ਹੀ ਜ਼ਮੀਨ ਲੱਗਦੀ ਤਾਂ ਹੋਰ ਕਿਹਦੇ ਲਵਾਏਗੀ ਤੂੰ? ਚਲਾਕੀਆਂ ਨਾਲ ਜ਼ਮੀਨ ਨਹੀਂ ਨਾ ਲੱਗਦੀ ਹੁੰਦੀ। ਜਾਓ ਅੰਦਰ ਜਾਓ। ਹਾਂ ਕੋਈ ਗੱਲ ਨਹੀਂ, ਜੋ ਸਰਪੰਚ ਆਇਆ ਵੱਡਾ, ਜਾਂ ਤਾਂ ਮੈਨੂੰ ਗਲ ਗੁੱਠਾ ਦੇ ਕੇ ਮਾਰ ਦੇ, ਨਹੀਂ ਆਪ ਮਰ ਜਾ, ਤੈਨੂੰ ਮੈਂ ਦੱਸਾਂ। ਜਿੱਦਾਂ ਦੇ ਤੇਰੇ ਤੇ ਤੇਰੀ ਮਾਂ ਦੇ ਲੱਛਣ ਆ ਨਾ, ਤੁਸੀਂ ਉਹੀ ਜਾਂਦੇ ਲੱਗਣਾ, ਰੱਬ ਨੇ ਉਹੀ ਚੱਕ ਲੈਣਾ ਤੁਹਾਨੂੰ। ਦੇਖ ਲੈ ਲਫਰੀ ਤਾਂ ਹਜੇ ਉਹਨੂੰ ਬੋਲਦੀ ਐ। ਹਾਂ ਮੈਨੂੰ ਨਹੀਂ ਕੋਈ ਤਰਸ ਤੁਰਸ ਪੁੱਤਾਂ ਧੀਆਂ ਦਾ, ਬਥੇਰਾ ਕਰਕੇ ਦੇਖ ਲਿਆ, 25 ਸਾਲ ਤੁਹਾਡਾ ਲੇਖਾ ਦਿੱਤਾ, ਤੁਸੀਂ 25 ਸਾਲਾਂ 'ਚ ਨਾ ਮੇਰੇ ਬਣੇ, ਹੁਣ ਕੀ ਮੇਰੇ ਬਣਨਾ? ਮੰਮੀ ਬਸ ਵੀ ਕਰੋ, ਜਿਵੇਂ ਕੱਪੜੇ ਡੇਕ ਨਹੀਂ ਆ ਕੰਧ 'ਚ ਟੱਕਰ ਮਾਰ, ਮਰਿਆ ਸੱਪ ਤੁਸੀਂ ਇਹ ਗੱਲ ਪਾ ਰਹੇ ਹੋ। ਸ਼ਰਮ ਮੈਂ ਵੀ ਗਲਤੀ ਕਰ ਲਈ ਪੁੱਛ ਕੇ ਇਹਨਾਂ ਨੂੰ, ਜਿੰਨਾ ਬਣਾਏਗੀ ਉਨਾ ਸਿਰ ਚੜਦੀ ਹੈ। ਤੁਸੀਂ ਤਾਂ ਗੱਲ ਕਹਿੰਦੇ ਸੀ ਕਿਸੇ ਹੋਰ ਦਾ ਫੋਨ ਹੈ, ਜੇ ਕਿਸੇ ਹੋਰ ਦਾ ਫੋਨ ਹੁੰਦਾ ਨਾ ਤਾਂ ਸਰਪੰਚ ਦੀ ਨੂੰਹ ਨਹੀਂ ਸੀ ਆਉਣੀ ਇੱਥੇ। ਮੈਨੂੰ ਤਾਂ ਲੱਗਿਆ ਵੀ ਸਰਪੰਚ ਦਾ ਫੋਨ ਕਾਹਨੂੰ ਹੈ, ਨਾ ਹੀ ਉਹਦੀ ਨੂੰਹ ਦਾ, ਮੈਂ ਤਾਂ ਇਹਦੀ ਵੀ ਕੋਈ ਤੀਜੀ ਆ ਜਿਹੜੀ ਨੂੰ ਪੱਟੀਆਂ ਪੜਾਉਂਦੀ ਆ। ਹੋਰ ਕਿਸੇ ਦਾ ਕੋਈ ਫੋਨ ਨਹੀਂ ਸੀ, ਮੈਨੂੰ ਸਭ ਪਤਾ ਸਰਪੰਚ ਦੀ ਨੂੰਹ ਦਾ ਹੀ ਫੋਨ ਸੀਗਾ, ਤਾਂ ਹੀ ਤਾਂ ਉਹ ਇੱਥੇ ਆਈ ਹੈ। ਨਾਲੇ ਜ਼ਰੂਰੀ ਥੋੜੀ ਹੈ ਵੀ ਸਰਪੰਚ ਦੀ ਨੂੰਹ ਨਾਲ ਹੀ ਮੰਮੀ ਗੱਲ ਕਰ ਰਹੀ ਹੋਵੇ, ਹੋ ਸਕਦਾ ਸਰਪੰਚ ਦੇ ਘਰ ਵਾਲੀ ਨਾਲ ਕਰ ਰਹੀ ਹੋਵੇ।
ਉਹ ਤਾਂ ਪੈਣ ਲੱਗਦੀ ਮੰਮੀ ਦੀ ਮਨ ਚਾਹੇ ਨਾ ਮੰਨ ਲਾ ਪ੍ਰੀਤ ਮੈਨੂੰ ਪੂਰਾ ਸ਼ੱਕ ਹੈ ਵੀ ਕੱਲ ਮੰਮੀ ਗੱਲ ਕਿਸੇ ਹੋਰ ਨਾਲ ਕਰਦੀ ਸੀ ਸਰਪੰਚ ਦੀ ਨੂੰਹ ਨਾਲ ਨਹੀਂ ਨਾਲੇ ਜੇ ਫੋਨ ਤੇ ਗੱਲ ਹੋ ਗਈ ਹੁੰਦੀ ਤਾਂ ਉਹ ਘਰੇ ਕੀ ਲੈਣ ਆਉਂਦੀ ਤਾਰੀ ਇਹਨਾਂ ਗੱਲਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਇੱਕ ਗੱਲ ਦਾ ਜ਼ਰੂਰ ਡਾਊਟ ਹੈ ਸਰਪੰਚ ਦੀ ਲੋੜ ਆਪਾਂ ਨੂੰ ਸੀ ਨਾ ਕਿ ਮੰਮੀ ਨੂੰ ਮੰਮੀ ਕਿਉਂ ਵਾਰ ਵਾਰ ਉਹਨਾਂ ਦੇ ਘਰੇ ਜਾ ਰਹੇ ਨੇ ਸੋਚਣ ਵਾਲੀ ਗੱਲ ਨਹੀਂ ਇਹ ਕਿਤੇ ਆਪਣੀ ਗੇਮ ਆਪਣੇ ਤੇ ਨਾ ਪੁੱਠੀ ਪੈ ਜੇ ਯਾਰ ਹੋਰ ਕਿਵੇਂ ਗੇਮ ਪੁੱਠੀ ਪਊਗੀ ਜੋ ਮੰਮੀ ਚਾਹੁੰਦੇ ਸੀ ਉਹ ਹੋ ਤਾਂ ਗਿਆ ਹੁਣ 4 ਕਿੱਲੇ ਜ਼ਮੀਨ ਦੇ ਨਾਮ ਹੋ ਗਏ ਤੇ ਵਿਆਹ ਕਰਵਾ ਲਿਆ ਗੱਲ ਤਾਂ ਇਹ ਹੈ ਨਾ ਮੈਂ ਨਾਲ ਤਾਂ 4 ਕਿੱਲੇ ਲੈ ਗਈ ਨਾਲੇ ਘਰ ਲੈ ਗਈ ਆਪਣੇ ਬੱਲੇ ਕੁਛ ਵੀ ਨਾ ਆਵੇ ਆਪਣੀ ਇਹ ਤੀ ਵੀ ਸਰਪੰਚ ਕੁਛ ਨਾ ਕੁਛ ਰਾਹ ਤਾਂ ਕੱਢ ਕੇ ਦੋ ਉਹਨੂੰ ਵੀ ਆਪਦੇ ਘਣੀ ਦਾਣਾ ਕਰ ਲੈ ਇਹ ਮੇਰੀ ਗੱਲ ਸੁਣੋ ਇਸ ਤੋਂ ਪਹਿਲਾਂ ਕਿ ਮੰਮੀ ਕੁਛ ਕਰੇ ਆਪਾਂ ਨੂੰ ਡੈਡੀ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਇੱਕ ਵਾਰ ਸਰਪੰਚ ਨੂੰ ਦੁਬਾਰਾ ਕਾਲ ਕਰ ਲੈਣਗੇ ਕਿ ਤਾਂ ਇਹ ਨਾ ਹੋਵੇ ਸਰਪੰਚ ਇੱਥੇ ਆ ਕੇ ਖੜ ਜੇ ਤੇ ਮੰਮੀ ਦਾ ਪੱਖ ਪੂਰੀ ਜਾਵੇ ਚੱਲ ਫਿਰ ਮੰਮੀ ਗੱਲ ਕਰਕੇ ਦੇਖਦੇ ਹਾਂ ਡੈਡੀ ਨਾਲ ਮੰਮੀ ਨੂੰ ਬਾਅਦ 'ਚ ਹੀ ਦੱਸੂ ਮੈਂ ਗੱਲ ਤਾਂ ਮੰਮੀ ਨੂੰ ਵੀ ਦੱਸਣੀ ਪਊ ਇਹ ਡੈਡੀ ਉਹ ਪਏ ਨੇ ਉੱਥੇ ਜਾਓ ਆ ਜਾਓ ਆਪਾਂ ਦੋਵੇਂ ਚੱਲਦੇ ਹਾਂ ਬਾਪੂ ਤੈਨੂੰ ਪਤਾ ਲੱਗਿਆ ਸਰਪੰਚ ਦੀ ਨੂੰਹ ਆਈ ਸੀ ਉਦੋਂ ਪਤਾ ਲੱਗ ਗਿਆ ਪੁੱਤ ਪਤਾ ਤਾਂ ਲੱਗ ਗਿਆ ਮੈਂ ਦੇਖ ਹੀ ਜਾਂਦਾ ਸੀ ਸਾਰੀਆਂ ਗੱਲਾਂ ਵੀ ਸੁਣ ਲਈਆਂ ਉਹਦੀਆਂ ਹੈਰਾਨ ਤਾਂ ਮੈਂ ਇਸ ਗੱਲ ਤੋਂ ਹਾਂ ਵੀ ਤੇਰੀ ਵੱਡੀ ਮੰਮੀ ਸਰਪੰਚ ਦੇ ਘਰੇ ਕਿਉਂ ਜਾਂਦੀ ਹੈ ਕੰਮ ਤਾਂ ਆਪਣਾ ਦਰਖਾਸਤ ਆਪਾਂ ਦੇਣੀ ਸਰਪੰਚ ਨੂੰ ਗੱਲਬਾਤ ਸਾਰੀ ਆਪਾਂ ਕਹਿਣੀ ਇਹ ਕਿਉਂ ਫਿਰਦੀ ਆ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਵੀ ਇਹ ਕੀ ਕਰਦੀ ਫਿਰਦੀ ਹੈ ਉਹੀ ਤਾਂ ਗੱਲ ਮੇਰੀ ਨਹੀਂ ਸਮਝ ਪੈਂਦੀ ਵੀ ਤੇਰੇ ਪਿੱਛੇ ਕੱਲ੍ਹ ਉੱਥੇ ਵੀ ਜਾ ਕੇ ਆਈ ਹੈ ਉਹਨਾਂ ਦੇ ਘਰੇ ਜਾ ਕੇ ਆਈ ਹੈ ਮੈਨੂੰ ਦੱਸਿਆ ਆਪਣਾ ਇਹ ਕਾਹਦੇ ਵਾਸਤੇ ਫਿਰਦੀ ਹੈ ਬਾਪੂ ਜੀ ਹਾਂ ਬਤਾਓ ਅਸੀਂ ਵੀ ਇਸੀ ਗੱਲ ਤੇ ਹੈਰਾਨ ਆ ਵੀ ਮਤਲਬ ਤਾਂ ਆਪਣਾ ਸੀ ਸਰਪੰਚ ਕੋਲੇ ਜਾਣ ਦਾ ਮੰਮੀ ਕਾਹਤੋਂ ਬਾਰ-ਬਾਰ ਜਾ ਰਹੇ ਨੇ ਇਸੇ ਗੱਲ ਦਾ ਡਰ ਹੈ ਸਾਨੂੰ ਕਿਤੇ ਇਹ ਨਾ ਹੋਵੇ ਸਰਪੰਚ ਕੱਲ ਨੂੰ ਆ ਕੇ ਜਾਂ ਅੱਜ ਆ ਕੇ ਮੰਮੀ ਦੇ ਪੱਖ ਦੀ ਗੱਲ ਕਰਦੇ ਗੱਲ ਤਾਂ ਮੈਨੂੰ ਵੀ ਡਰ ਲੱਗਦਾ ਪੁੱਤ ਪਰ ਸਰਪੰਚ ਬਹੁਤ ਸਿਆਣਾ ਬੰਦਾ ਹੈ ਉਹਦੇ ਉਹ ਤਾਂ ਉਦੋਂ ਕੰਮ ਕਰ ਦਿੰਦਾ ਸੀ ਲੋਕਾਂ ਦੇ ਜਦੋਂ ਸਰਪੰਚ ਨਹੀਂ ਸੀ ਹੁਣ ਤਾਂ ਫਿਰ ਵੀ ਸਰਪੰਚ ਹੈ ਉਹ ਕਿ ਇੱਕ ਪੱਖ ਦੀ ਗੱਲ ਨਹੀਂ ਕਰਦਾ ਗੱਲ ਉਹ ਤਾਂ ਸਾਂਝੀ ਗੱਲ ਕਰੂਗਾ ਨਾਲ ਮੈਨੂੰ ਇਹ ਵੀ ਗੱਲ ਕਹੀ ਸੀ ਉਹਨੇ ਵੀ ਜੇ ਤੈਨੂੰ ਕੋਈ ਸਰੀਕੇ ਵਾਲਾ ਜਾਂ ਕੋਈ ਪਿੰਡ 'ਚੋਂ ਤੰਗ ਕਰਦਾ ਹੋਵੇ ਫਿਰ ਤਾਂ ਮੈਂ ਉਹੋ ਜਿਹੀ ਗੱਲ ਕਰਾਂ ਇਹ ਕਹਿੰਦਾ ਤੁਹਾਡੇ ਘਰ ਦੀ ਗੱਲ ਹੈ ਤੁਸੀਂ ਘਰੇ ਬਹਿ ਕੇ ਸਮਝੌਤਾ ਕਰ ਲਓ ਹੁਣ ਆਪਾਂ ਘਰੇ ਬਹਿ ਕੇ ਕੀ ਸਮਝੌਤਾ ਕਰ ਲਈਏ ਪੁੱਤਾਂ ਸਮਝਣ ਵਾਲੀ ਹੋਵੇ ਤਾਂ ਚਲੋ ਕੋਈ ਗੱਲ ਨਹੀਂ ਤੁਸੀਂ ਮਾੜਾ ਜਿਹਾ ਕਰੋ ਗੱਲ ਮੈਂ ਰੋਟੀ ਲੱਗ ਜਾ ਕੱਲ ਵਾਂਗੂ 10 ਵਜੇ ਆਣਗੇ ਨਾਲੇ ਅੱਜ ਤਾਂ ਮੈਂ ਸੋਚ ਲਿਆ ਉਹਨਾਂ ਨੇ ਜਦੋਂ ਮਰਜ਼ੀ ਰੋਟੀ ਖਾਣੀ ਹੋਵੇ ਖਾ ਲੈਣਗੇ ਮੈਂ ਤਾਂ ਹੁਣੀ ਪਕਾ ਕੇ ਧਰਦੀ ਆ ਕੋਈ ਨਹੀਂ ਪੁੱਤ ਤੂੰ ਆਪਦਾ ਰੋਟੀ ਟੁੱਕਦਾ ਕਰ ਵੀ ਟਾਈਮ ਨਾਲ ਰੋਟੀ ਲਾ ਲਿਆ ਕਰੋ ਉਹਨਾਂ ਨੂੰ ਕਾਹਨੂੰ ਡਿੱਕੀ ਜਾਂਦੇ ਹੁੰਦੇ ਹੋ ਹੁਣ ਮੈਨੂੰ 10 ਵਜੇ ਤੱਕ ਡਿੱਕੀ ਜਾਂਦੇ ਉਹਨੂੰ ਵੀ ਹਾਂ ਪਹਿਲਾਂ ਉਹ ਖਾ ਰੋਟੀ ਖਾਊਗਾ ਫਿਰ ਕਿਤੇ ਸਾਰੇ ਟੱਬਰ ਨੂੰ ਮਿਲੂਗੀ ਉਹ ਪੁੱਤ ਕੀ ਕਰੀਏ ਘਰ ਦਾ ਮੋਢੀ ਉਹ ਹੈ ਜਾਂ ਆਪਾਂਗੇ ਘਰ ਦੇ ਮੋਢੀ ਤਾਂ ਆਪਾਂ ਹੈ ਪਰ ਉਹੀ ਗੱਲ ਸੱਪ ਨਾ ਸੱਪ ਉਹ ਖੱਡ ਦੇ ਵਿੱਚ ਬਣ ਕੇ ਘਰ ਦਾ ਮਾਲਕ ਬਣ ਕੇ ਬਹਿ ਗਿਆ ਹੁਣ ਅੱਖਾਂ 'ਚ ਤਾਂ ਮੇਰੇ ਵੀ ਰੜਕਦਾ ਪਰ ਮੈਂ ਕਰਾਂ ਕੀ ਆਪਦੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰ ਕੇ ਬਹਿ ਗਏ ਇੰਨਾ ਨਹੀਂ ਸੀ ਪਤਾ ਤੂੰ ਐਂ ਕਰੀ ਸਰਪੰਚ ਲੈ ਅੱਜ ਫਿਰ ਜਾਏ ਉਹਨੂੰ ਜਾ ਕੇ ਕਹਿ ਦੇਂਗੇ ਤੇ ਤੜਕੇ ਭਾਈ ਜਾ ਆ ਕੇ ਜਾ ਸਾਡੇ ਤਾਂ ਸਰਪੰਚ ਕੋਲੇ ਤਾਂ ਮੈਂ ਜਾਇਆ ਹਾਂ ਪੁੱਤ ਪਰ ਮਾਮਲਾ ਮੈਨੂੰ ਇਹ ਸੁਲਝਦਾ ਦੀਂਦਾ ਨਹੀਂ ਮਾਮਲਾ ਵਿਗੜਦਾ ਹੀ ਵਿਗੜਦਾ ਜਾਂਦਾ ਮੈਨੂੰ ਤਾਂ ਆਪ ਇਸ ਗੱਲ ਦਾ ਡਰ ਹੈ ਵੀ ਕਿਤੇ ਸਰਪੰਚ ਨੂੰ ਆਪਦੇ ਮਾਂਗਰ ਨਾਲ ਲਾ ਲੇ ਇਹ ਪੁੱਤ ਕਹਿੰਦੇ ਮੇਰੇ ਪੱਖ ਦੀ ਇਹ ਗੱਲ ਕਰ ਉੱਥੇ ਜਿਹੜੇ ਸਾਹਮਣੇ ਗੇੜੇ ਮਾਰਦੇ ਉਹਨੇ ਤਾਂ ਆਪਾਂ ਨਹੀਂ ਮਾਰਦੇ ਜਿੰਨੇ ਮਾਰਦੇ ਹੁਣ ਅੱਜ ਆ ਸਰਪੰਚ ਦੀ ਨੂੰਹ ਆ ਕੇ ਗਈ ਆਹੋ ਫਿਰ ਕੋਈ ਨਾ ਕੋਈ ਚਾਲ ਤਾਂ ਹੈਗੀ ਹੈ ਇਹਦੀ ਪਰ ਕੋਈ ਨਹੀਂ ਤਾਰੀ ਤੂੰ ਫਿਕਰ ਨਾ ਕਰ ਮੈਂ ਵੀ ਜਿੱਥੇ ਤੱਕ ਕੋਸ਼ਿਸ਼ ਹੋਈ ਨਾ ਆਪਣੇ ਹੱਕ ਦੀ ਗੱਲ ਕਰਵਾਉਣ ਦੀ ਕੋਸ਼ਿਸ਼ ਕਰੂੰਗਾ ਕੱਲ ਦੀ ਕੱਲ ਮੈਂ ਉੱਥੇ ਖੜੀ ਗੱਲਾਂ ਕਰਨ ਲੱਗ ਰਹੀ ਸੀ ਲਾਪਰੀ ਤਾਂ ਮੰਨਦੀ ਨਹੀਂ ਕਹਿੰਦੀ ਸਰਪੰਚ ਦੀ ਨੂੰਹ ਹੀ ਹੋਣੀ ਪਰ ਮੈਨੂੰ ਯਕੀਨ ਨਹੀਂ ਹੈਗਾ ਵੀ ਸਰਪੰਚ ਦੀ ਨੂੰਹ ਹੈ ਜਿਹਦੇ ਨਾਲ ਗੱਲਾਂ ਕਰੀਆਂ ਨੇ ਕਿਹਦਾ ਸਰਪੰਚ ਦਾ ਤਾਂ ਨਹੀਂ ਆ ਗਿਆ ਕਿਤੇ ਨਹੀਂ ਇਹ ਤਾਂ ਕੰਪਨੀ ਵਾਲੇ ਨੇ ਵੀ ਕਰੀ ਜਾਂਦੇ ਕੀ ਆ ਕਿਤੇ ਕਹਿੰਦਾ ਹੋਵੇ ਕਚਹਿਰੀਆਂ 'ਚੋਂ ਕੰਮ ਮੁੱਕ ਗਿਆ ਵੀ ਮੈਂ ਛੇਤੀ ਆ ਗਿਆ ਆ ਗਿਆ ਲਾਪਰੀ ਤਾਂ ਚੱਲ ਡੈਡੀ ਮੇਰੀ ਗੱਲ ਸੁਣ ਜਾਇਆ ਹੀ ਤੂੰ ਬਾਕੀ ਰੋਟੀ ਪਾਣੀ ਖਾਏਗਾ ਰੋਟੀ ਪਾਣੀ ਮੈਂ ਖਾਊਂਗਾ ਮੈਂ ਕਾਹਦਾ ਮੇਰਾ ਤਾਂ ਚੀਜ਼ ਨਹੀਂ ਕਰਦਾ ਹੁਣ ਮੈਂ ਉਲਝ ਗਿਆ ਮੈਨੂੰ ਤਾਂ ਵੀ ਮੈਂ ਕਿਹੜੇ ਪਾਸੇ ਜਾਊਂਗਾ ਆ ਆਪਣੇ ਆਪ ਹੀ ਘਰ ਪੱਟ ਕੇ ਬਹਿ ਗਿਆ ਚੱਲ ਮੈਂ ਤੈਨੂੰ ਲਿਆ ਦਿੰਦਾ ਤੂੰ ਇੰਨੇ ਹੱਥ ਪੈਰ ਧੋ ਲੈ ਕੋਈ ਨਹੀਂ ਪੁੱਤ ਬਣਵਾ ਲਾ ਰੋਟੀ ਕਹਿ ਕੇ ਬੜਾ ਵਿਕਰਾ ਫਸਿਆ ਤੂੰ ਜੇ ਨਾ ਸਰਪੰਚ ਆਇਆ ਨਾ ਕਿਤੇ ਇਹਦੇ ਪੱਖ ਦੀ ਗੱਲ ਕਰ ਗਿਆ ਫਿਰ ਵੀ ਪੱਟੀ ਮਿਸ ਹੋ ਜੂ ਚੱਲ ਕੋਈ ਨਹੀਂ ਦੇਖਾਂਗੇ ਜਿਹੜੀ ਹੋ ਸਰਪੰਚ ਬਹੁਤ ਸਿਆਣਾ ਵੈਸੇ ਜਿੱਥੋਂ ਤੱਕ ਆਇਆ ਸਿੱਧੀ ਗੱਲ ਹੀ ਨਹੀਂ ਮਿਲੂ ਉਹ ਚੱਲ ਜਾ ਕੇ ਆਊਂ ਮੈਂ ਤੜਕੇ ਪ੍ਰੀਤ ਪੁੱਤ ਕਦੋਂ ਆਈ ਤੂੰ ਟੂਰ ਤੋਂ ਦੱਸਿਆ ਹੀ ਨਹੀਂ ਨਾਲੇ ਪਾਣੀ ਪੀ ਪੀ ਸਾਰੀ ਜਾਣਾ ਰੋਟੀ ਖਾ ਲੈ ਪੁੱਤ ਨਾ ਟੂਰ ਤੋਂ ਮੈਂ ਪਰਸੋਂ ਨਹੀਂ ਆ ਤੇ ਤੈਨੂੰ ਅੱਜ ਪਤਾ ਲੱਗਿਆ ਨਾ ਕੱਲ ਦਾ ਦਿਨ ਲੰਘ ਗਿਆ ਤੇ ਅੱਜ ਦਾ ਅੱਧਾ ਲੰਘ ਗਿਆ ਹੁਣ ਮੇਰੀ ਯਾਦ ਆ ਗਈ ਤੈਨੂੰ ਪੁੱਤ ਪੁੱਛਣਾ ਤਾਂ ਮੈਂ ਕੱਲ ਵੀ ਸੀ
बस मेरा टाइम ही नहीं लगा, तू नाले सुती पई सी रेस्ट करदी सी, मैं फिर की करदी, मैं कहा कानू जगाउणा उहनू आराम कर लैण दे। आहो हुण तां तुहानू कानू टाइम लगणा, सरदार साहब आ रहे ने नवें, हुण साडे खातर कित्थे टाइम आ तुहाडे कोल। प्रीत मूँह संभाल के गल कर, जे मैं तेरी वड्डी मम्मी आ ना वह तेरा प्यो समान आ, प्यो आ मतलब प्यो, वह भी मेरा, मेरा सिर्फ इक्को प्यो है, वह थोनू भी चंगी तरह पता है। नाले जे तुसीं ऐरे गैरे नाल किसी नाल भी विआह करवा लोगे साडा प्यो बन जूगा, तो मेरी माँ भी हुण इक्को ही आ। पहला मैं तेनू अपनी माँ मनदी सी, पर तू माँ का आने लायक है ही नहीं। प्रीत तेनू मैं कहा ना बे मूँह संभाल के बोल, तेरा तेरे नाल ते मेरा लवप्रीत नाल कोई बैर नहीं हैगा। लवप्रीत आप थोड़ी चमची आ। लवप्रीत मेरी चमची नहीं, हुण तां थोड़ी चमची बनी हुई आ, छोटी दे अग्गे पिछे घूमदी आ, ते मेरा मेरा जीना दुब्बर कर रख्या लवप्रीत ने। सारा जान गया मैं थोड़ी खेडन, तुसी की कुछ करदे फिरदे हो, तुसी तां बेशर्मी दी जिम्मा हद्दे पार करती ना, तुहानू शर्म नहीं आई थोड़ा मोटा साडे बारे सोच लैंदे विआह करवाउण तों पहलां? बड़ी अग लगी सी थोड़े। की सोचना सी थोड़े बारे, 25 साल थोड़े बारे सोचिया, तुसी 25 सालां च मैनू की दित्ता? मेरे तो 25 साल भांडे मजवाए, डंगरां वांगू डंगरां दा काम करवाया, उदों तां थोड़ी जवान खुल्ली नहीं, हुण हुण के गठ जवान निकली पई है। जे मैं माड़ा जिहा विआह करवा लिया फिर की है, जे विआह करवा लिया मेरी आप दी वी जिंदगी है, मैं सारी उम्र भांडे थोड़ी मांजी जाणे थोड़े। कहिंदी थोड़ा जिहा विआह करवा लिया, शर्म तां नहीं आउंदी? ते नाले कह रहे हो ना 25 साल मैं थोड़ा कीता, 25 साल असीं भी बराबर थोड़ा कीता ना, किद्दे मैं थोनू मां दा प्यार नहीं दित्ता? जिन्ना मैं अपनी माँ नू प्यार करदी सी ना, ओहदे नालों दुगना प्यार मैं थोनू करदी सी। करदी सी प्यार ते मैं भी घट नहीं प्यार कीता, मैं भी थोनू पालिया, थोड़ा गोमूत चक्किया, ते तुसी एक बार भी अपनी माँ दा बूथा नहीं भन्निया। मैं तू वड्डी मम्मी नू क्यों इन्ना तंग करदी आ? क्यों नहीं भन्निया? थोड़े पिछे मैं किन्ना ओहदे नाल लड़दी रही आ, हालांकि ओह मेरी सकी माँ है। प्रीत आ ड्रामे आ ना जिहड़े, इह बंद कर दे, मेरी आप दी लाइफ आ ते ओ मेरे घर वाला आ, ते ओनू इस घर चो कोई नहीं कढ सकदा। कोई चक्कर नहीं, थोड़ी अपनी लाइफ है ना, तो अपनी लाइफ अपने तक रखो, ते मेरी गल है ना कन्न खोल के सुन लो। लापी तो बापू ते मम्मी ते भरा तो कुछ होया नहीं, हुण मैं थोनू करके दिखाऊंगी। और जिहड़ा बुढ़ा घरे बैठे ना, मैं थोनू दसूंगी भी किवें ओनू घरों कढ़ना। कढ़ लई, उहनां ने तां जोर ला लिया ओनू कढ़न दा, उहनां तों तां निकलिया नहीं। मैं तैनू देखूंगी हुण तूं किवें कढ़दी आ। कोई गल नहीं, पहले तां मैं चुप बैठी सी, ते हुण देखियो मैं करदी की आ। ओनू कौन जम्मिया कढ़न वाला, विआह करवाया मैं ओहदे नाल, है किवें निकल जाऊगा? मैनू लगदा इहनू भी छोटी ने तां तारी ने पट्टियां पढ़ातियां, तां ही इन्ना बोलदी आ, कदी मेरे मूहरे नहीं सी बोली। मैं कही भी जानी आ वे तेरे नाल ते लवप्रीत नाल मेरा कोई वैर विरोध नहीं, वैर विरोध तां तारी नाल ते ओहदी माँ नाल है, उहनां करके मैं इदां दे पंगे सहेड़े ने। दस ये दोनों जनिया समझदियां नहीं, पता नहीं अपने आप नूं की समझदी है की नहीं। कोई नहीं तू करके देख ला, पहला तो बथेरे उहदे ते इल्जाम ला के उहनूं बाहर कढ़न की कोशिश की, देखदी हाँ हुण तू कि नवां सप्प कढ़दी है। ओ भाई ऐ खिच्ची जांदी है, की कसूर है मेरा? निकल मेरे घरों, दफा हो जा घरों निकल, तू गल तां दस मैनूं की है? तैनूं हजे गल दा ही नहीं पता, एड्डा वड्डा तू जब खड़ा करता ना, तेनूं शर्म नहीं आई मेरे बाप दी उम्र दा तू, ते तू ब्याह करवाउण वेले थोड़ी मोटी शर्म तां कर लैंदा? प्रीत जबान नूं लगाउण दे, बस बहुत हो गया, बहुत जबान ते लगाउण दे ली मैं। प्रीत की गल है, कद खोरू पाया तुसी ने? मैं इहनूं एक मिंट नहीं इस घर च रहण देणा, ਇਹਨੂੰ ਕਹਿੰਦੇ ਜਦ ਚੁੱਪ ਕਰਕੇ ਵਗ ਜੇ ਜਾਂ ਫਿਰ ਬੇਇੱਜ਼ਤੀ ਕਰਵਾ ਕੇ ਜਾਊਗਾ ਮੇਰੇ ਤੋਂ। ਹੁੰਦੀ ਕੌਣ ਹੈ ਇਹਨੂੰ ਬਾਹਰ ਕੱਢਣ ਵਾਲੀ? ਮੈਂ ਵਿਆਹ ਕਰਵਾਇਆ ਮੈਂ ਇਸ ਘਰ ਦੀ ਕੁੜੀ ਆ ਤੇ ਮੇਰਾ ਘਰ ਦੀ ਮਾਲਕਣ। ਪ੍ਰੀਤ ਸਮਝਣ ਦੀ ਕੋਸ਼ਿਸ਼ ਕਰ, ਤੇਰੀ ਨਿਆਣੀ ਮਾਤਾ ਤੂੰ ਜਲਦਬਾਜ਼ੀ ਫੈਸਲਾ ਕਰ ਰਹੀ ਹੈ। ਅੱਛਾ ਮੇਰੀ ਨਿਆਣੀ ਮਾਤਾ, ਤੁਸੀਂ ਸਾਰੇ ਬੜੇ ਸਿਆਣੇ ਸੀ ਨਾ। ਉਹ ਪੁੱਤ ਕਿਸੇ ਤਰੀਕੇ ਨਾਲ ਭੇਜ ਦਾਂਗੇ, ਕੱਢਾਂਗੇ ਤਾਂ ਹੈ। ਬਾਪੂ ਜੀ ਬਹੁਤ ਹੋ ਗਿਆ, ਮੈਂ ਕਹਿੰਦਾ ਨਾ ਮੈਂ ਹੁਣ ਇਹਨੂੰ ਇੱਕ ਮਿੰਟ ਨਹੀਂ ਰਹਿਣ ਦੇਣਾ। ਭੈਣੇ ਮੇਰੀ ਗੱਲ ਸੁਣ, ਐਵੇਂ ਨਹੀਂ ਕੱਢ ਸਕਦੇ ਆਪਾਂ, ਕੋਈ ਕਾਨੂੰਨ ਦੇ ਤਰੀਕੇ ਨਾਲ ਕੱਢਾਂਗੇ। ਸਰਪੰਚ ਨਾਲ ਗੱਲ ਚੱਲ ਰਹੀ ਹੈ ਨਾ, ਉਹ ਆਪੇ ਕੱਢ ਦੂਗਾ। ਸਰਪੰਚ ਨੇ ਤੇ ਤੁਸੀਂ ਕੁਝ ਨਹੀਂ ਕਰਨਾ ਹੈ। ਸਰਪੰਚ ਵੀ ਨਹੀਂ ਕੱਢ ਸਕਦਾ, ਬਸ ਸੋਲਾ ਲੱਭ ਰਿਹਾ, ਮੈਂ ਕਿਉਂ ਨਹੀਂ ਕੱਢ ਸਕਦਾ? ਮੈਂ ਕੱਢ ਕੇ ਦਿਖਾਉਂਗੀ। ਮੈਂ ਇਸ ਘਰ ਦੀ ਮਾਲਕਣ ਆ ਤਾਂ ਮੇਰੇ ਨਾਲ ਇਹ ਵੀ ਇਸ ਘਰ ਦਾ ਮਾਲਕਣ ਹੋਈ ਜਾਵੇ ਮਾਲਕ। ਇਹਦਾ ਮਤਲਬ ਇਹ ਨਹੀਂ ਸਾਰੀ ਜ਼ਮੀਨ ਤੇਰੇ ਨਾਮ ਹੋ ਗਈ, ਤੂੰ ਪ੍ਰਧਾਨ ਬਣ ਗਈ। ਚੱਲ ਨਿਕਲ, ਖੜਾ ਕੀ ਵੇਖੀ ਇਹਨਾਂ? ਤੂੰ ਦੇਖ ਦੇ, ਤੁਹਾਡੀ ਇੰਨੀ ਹਿੰਮਤ? ਉਹ 2 ਕੌਡੀ ਦੇ ਬੁੱਢੇ ਪਿੱਛੇ ਮੇਰੇ ਹੱਥ ਚੁੱਕਿਆ। ਬਸ ਅੱਜ ਤੋਂ ਤੁਸੀਂ ਮੇਰੇ ਲਈ ਮਰ ਗਏ। ਮੈਂ ਤਾਂ ਤੁਹਾਨੂੰ ਆਪਣੀ ਮਾਂ ਸਮਝਦੀ ਸੀ ਨਾ, ਪਰ ਨਹੀਂ, ਤੁਸੀਂ ਮੇਰੀ ਮਾਂ ਕਹਾਉਣ ਦੇ ਲਾਇਕ ਹੈ ਹੀ ਨਹੀਂ। ਕੁਲਦੀਪ
तू चंगा नहीं किया कुड़ी के हाथ चक्के ना आओ मलंग दे पिछे तू कुड़ी दे थप्पड़ मारे मुंह संभाल के गल कर वो मेरा घर वाला है ते ना होवे विपरीत वाला थप्पड़ हुण तेरे वजे मैं किसी की सकी नहीं हूं तुसी नहीं पच्चीस सालों च मेरे बने तो मैं क्यों थोड़े बारे सोचा वो मेरा घर वाला है तो मैं ओदे नाल ही रहना तू चौड़ी होके इस घर च रह ली तू मेनू कितने आन जोगी नहीं छड़िया कॉलेज जानी है तो के सारे मेनू ताने मार देने चेड़ा कर देने ते बस मैं ता फैसला कर लिया भी मैं कितने जाके मरे जानी है तू सी रह लो इत्थे प्रीता गल सुन प्रीता गल सुन तू बौली होई है किधर जाएगी हुण तू किते मर्जी जावां थोनू की है जे थानू इन्नी सोच फिक्र हुंदी ना मेरी तां कदों दा उहनू बाहर कढ दिंदे तेरे दिमाग च फर्क है तेरे सारे परिवार ने कोई ड्रामा फड़ रखे कदे तेरा भरा मरन जांदा कदे तेरी मां मरन जांदी कदे मैं ड्रामा नहीं फड़िया भरा ने फड़िया होना मां ने फड़िया होना पर मैं तन्नू मर के भी दिखाऊंगी अच्छा जे तू मर गई तां सारा कुछ हल हो जू है ना प्रीत ए तां पुत सारे ऐसे दे ने तू चल मेरे ती अंदर चल इना पिछे थोड़ी मरना गा आपा बस मां बहुत हो गया इना नु रह लन दे जोड़े होके ते मेरी गल सुन ले तू मां को हुण दे लायक तां रहेगी ते तेरे कोल ना 2 दिन दा टाइम आ जे 2 दिन च इन बाहर ना कटे ना तो मैं इतने थोड़े सिर ते चढ़ के मरूंगी ते ए भी लिख के जाऊंगी भी मेरे मौत दे जिम्मेवार तुसी दोए हो और तू सोच ली की करना रह ता 2 साल की 2 दिन तक की 2 साल नहीं उनू कट दी आई बड़ी 2 दिन दा ड्रामा देन वाली मेनू मामा आ गई चैन हुण ता यही चाहनी है तू की करे आही कुदिया करे से रहे हां जिवें तू ड्रामे करदा जोरा सिंह जी सानू मजबूर ना करो असी चुप आ ये ना हो सानू हाथ चकना पै जे मेरे ना जवान ना लड़ा आपकी मां ना गल कर मां ना गल कर माँ ना गल करन तां ओह गल हुई भी मैं इस मूहरे बीन बजाउण दा की फायदा जिहनूं समझे ना आवे तमीज नाल गल कर इह ना भुल वेख घर ते जमीन मेरे नां आ आ जिहड़ियां 2 रोटियां खाना ना उहदे तों भी जांदा लगूगा इन्ना भी मरिया नहीं मैं भी 2 रोटियां तों ही जावां नाले जमीन ते आ घर ही तुहाडे नां होऊगा पर तुहाडे वांगू जमीर नहीं मरी साडी नाले जमीन दी धौस दिखाउण दी कोई लोड़ नहीं ਭੁੱਖਾ ਇੱਥੇ ਕੋਈ ਨਹੀਂ ਮਰਦਾ ਮੰਗਦੇ ਵੀ ਤਾਂ ਮੰਗ ਕੇ ਰੋਟੀ ਖਾ ਹੀ ਲੈਂਦੇ ਨੇ ਜੇ ਜ਼ਮੀਰ ਨਹੀਂ ਮਰੀ ਨਾ ਤਾਂ ਜਾ ਕੇ ਲੋਕਾਂ ਦੇ ਬੰਦਿਆਂ ਨਾਲ ਦਿਹਾੜੀ ਕਰ ਕਿਉਂ ਕਰਾਂ ਦਿਹਾੜੀਆਂ ਮੈਂ ਜੇ ਆਪਣੀ ਕਮਾਈ ਦੀ ਰੋਟੀ ਖਾਣੀ ਆ ਤਾਂ ਫੇਰ ਕੀ ਖਾ ਰਿਹਾ ਮੈਂ ਜੇ ਦਿਹਾੜੀ ਕਰ ਵੀ ਲਵਾਂਗੇ ਤਾਂ ਫੇਰ ਕਿੱਡੀ ਗੱਲ ਆ ਤਾਰੀ ਜਿਹੜੇ ਦਿਹਾੜੀ ਕਰਦੇ ਨੇ ਉਹ ਕੀ ਕੰਮ ਨਹੀਂ ਹੁੰਦਾ ਮੇਰੇ ਤੇ ਕਿਸਾਨ ਕਰਨਾ ਦਿਹਾੜੀ ਕਰਕੇ ਐਂ ਕਿਸੇ ਦੇ ਵਾਂਗੂ ਬੇਲੀਆਂ ਤਾਂ ਨਹੀਂ ਪਾੜਦੇ ਕਿਸੇ ਦੇ ਘਰੇ ਬੈਠ ਕੇ ਐਸਾ ਕੋਈ ਕਿਸੇ ਤੇ ਨਹੀਂ ਕਰਦਾ ਮੰਮੀ ਨਾ ਤੁਸੀਂ ਸਾਡੇ ਤੇ ਕੋਈ ਕਰ ਰਹੇ ਨਾ ਅਸੀਂ ਤੁਹਾਡੇ ਤੇ ਕਰ ਰਹੇ ਆ ਨਾਲੇ ਤੁਸੀਂ ਕਿਹੜੀ ਗੱਲ ਦੀ ਮਾਂ ਦੀ ਗੱਲ ਕਰਦੇ ਹੋ ਉਸ ਮਾਂ ਦੀ ਜਿਹਨੇ ਸਾਡੀ ਨੱਕ ਕਟਾਉਣ ਵੇਲੇ 1 ਮਿੰਟ ਵੀ ਨਹੀਂ ਸੀ ਸੋਚਿਆ ਮੈਂ ਤਾਂ ਤੁਹਾਡੀ ਮਾਂ ਹੀ ਕਹੂੰਗਾ ਤੁਹਾਡੀ ਮਾਂ ਹੀ ਐ ਇਹ ਜੇ ਤੁਸੀਂ ਇਹਨੇ ਨਾਲ ਇਹੋ ਜਿਹਾ ਸਲੂਕ ਕਰਿਆ ਕਿਉਂ ਤੁਸੀਂ ਇਹਨਾਂ ਨਾਲ ਛੱਡੋ ਜੀ ਸਰਦਾਰ ਜੀ ਕਿਉਂ ਬੋਲ ਬਰਾਲਾ ਕਰਦੇ ਹੋ ਇਹਨਾਂ ਨਾਲ ਸਾਡਾ ਇਹਨਾਂ ਨਾਲ ਕੀ ਵਾਹ ਵਾਸਤਾ ਜਦ ਇਹਨਾਂ ਨੂੰ ਸਾਡੀ ਪਰਵਾਹ ਨਹੀਂ ਤਾਂ ਸਾਨੂੰ ਤੇਰੀ ਕੀ ਪਰਵਾਹ ਏ ਜਿਸ ਹਿਸਾਬ ਦੇ ਤੁਸੀਂ ਹੋ ਰਹੇ ਹੋ ਨਾ ਅੱਜ ਤੱਕ ਹੀ ਕੱਲ ਨੂੰ ਤੁਹਾਡੀ ਪਰਵਾਹ ਵੀ ਨਹੀਂ ਹੋਣੀ ਚਲੋ ਕੋਈ ਗੱਲ ਨਹੀਂ ਤੁਸੀਂ ਜਾਓ ਜਾਓ ਅਸੀਂ ਕਿਸੇ ਤੋਂ ਕੋਈ ਉਮੀਦ ਰੱਖੀ ਯਾਦ ਰੱਖੀ ਇੱਕ ਘਰ ਤੇ ਜ਼ਮੀਨ ਮੇਰਾ ਤੁਹਾਡੇ ਨਾਂ ਹੈ ਆ ਜਾਓ ਜੀ ਤੇ ਰਹਿਣ ਨਹੀਂ ਦਿੰਦਾ ਦੇਖਿਆ ਕਿੰਨੀ ਹੰਕਾਰੀ ਹੋਈ ਹੈ ਜ਼ਮੀਨ ਜਾਇਦਾਦ ਜ਼ਮੀਨ ਜਾਇਦਾਦ ਜ਼ਮੀਨ ਜਾਇਦਾਦ ਜਿੱਦਣ ਜ਼ਮੀਨ ਜਾਇਦਾਦ ਮੇਰੇ ਹੱਥ ਆ ਗਈ ਨਾ ਮੈਂ ਕਿਵੇਂ ਧੱਕੇ ਮਾਰ ਮਾਰ ਇਹਨਾਂ ਨੂੰ ਕੱਢਦਾ ਤੁਸੀਂ ਸ਼ਾਇਦ ਇੱਕ ਗੱਲ ਭੁੱਲ ਗਏ ਇਸ ਦੁਨੀਆਂ 'ਤੇ ਨਾ ਉਹਦੀ ਕਦਰ ਹੁੰਦੀ ਹੈ ਜਿਹਦੇ ਪੱਲੇ ਪੈਸਾ ਧੇਲਾ ਜਾਂ ਜ਼ਮੀਨ ਹੈ ਆਪਣੇ ਵਰਗੇ ਗਰੀਬ ਅਤੇ ਭੁੱਖੇ ਨੰਗਿਆਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਕੋਈ ਨਹੀਂ ਇਹਨਾਂ ਦੇ ਨਾਮ ਜ਼ਮੀਨ ਹੈ ਨਾ ਤਾਂ ਹੀ ਇਹਨਾਂ ਦੇ ਮੂੰਹ 'ਚ ਬੋਲ ਹੈ ਚਲ ਕੋਈ ਨਹੀਂ ਆਉਣ ਦੇ ਸਰਪੰਚ ਨੂੰ ਇੱਕ ਵਾਰੀ ਜ਼ਮੀਨ ਮੇਰੇ ਨਾਲ ਆਉਣ ਦੇ ਆਹੀ ਜੋਰਾ ਪੈਰੀ ਹੱਥ ਲਾਉਂਦਾ ਦਿਖਾਉਂ ਤੈਨੂੰ ਮੈਂ
प्रीत अपने गुस्सा छड़ दे, तू पानी तो नहीं पी ले। बस वीरे मेरी अखा तो ना दूर चल जाओ सारे, मैनू नहीं कोई भी चंगा लगता। मेरी गल सुन, तू आपकी सेहत का ध्यान तो रख, मम्मी ने दसा भी तेरा ब्लड बढ़ रहा। कोई गल नहीं, किसी नूं कड़ा फर्क पैंदा? क्यों नहीं फर्क पैंदा, मैनू पैंदा फर्क, छोटी मम्मी नूं पैंदा फर्क, डैडी नूं पैंदा फर्क। चल आज मैं दवाई दवा लिया। भीरे मैं नहीं कुछ भी खाना, जो तक वह बुढ़ा ना इस घर चो जाता नहीं, मैं नहीं खाती कुछ भी। प्रीत तू तो हजे कल आई हाँ, सानू पुछ असी दिन किवें कढ़े ने, साडा जी नहीं करता भी उन्होंने इतों फड़ के बहरे कढ़ दी। चंगी भली मैं कढ़न तो लगी सी, तुसी आके खड़ गए, जे ना आउंदे ना मैनू कढ़ देनी सी। बई मैनू पता है तू फड़ के बहर कढ़ देंदी, पर आपां इवें कर भी नहीं सकते ना। क्यों नहीं कर सकते, इन्ना किन्ना क तगड़ा हो, एक मिनट च बहर कढ़ सकदी उहनूं मैं। तगड़े की गल नहीं, बड़ी मम्मी का पता है, उल्टा अपने ते कोई केस पा दे, कहूगी भी मैं ब्याह करा के लिया, मेरे घर वाले बहरे कढ़ते हैं मेरे घर का हिस्सा च। रही गल जमीन की, आज जोरे दे नाल नाल अपने चार किले भी जाणगे ते अपने हाथ कुछ भी नहीं आना। जान दे वीरे कोई चक्कर नहीं, मैनू जमीन नाल कोई प्यार नहीं, मैं तो सिर्फ अपने घर के मैंबर की टेंशन आ भी उन्होंने कोई तकलीफ ना हो। बस मैनू नहीं पता, कुछ भी करो इस बुढ़े ने इस घर चो कढ़ना ही आ। देख प्रीत घर के मैंबर तो कुछ नहीं होंगे, रही गल जोरे बहरे कढ़न की, ये एवें काली नाल नहीं हो सकता, थोड़ा जहा संजम नाल चल। कहा होया सरपंच नूं, वो आऊगा कोई ना कोई हल तो दसूगा वो आपां नूं। नहीं आउंदा वीरे सरपंच, सरपंच किहड़ा मूंह लै के आऊगा, उहनूं भी पता वो जाण बुझ के नहीं आउंदा। जाण बुझ के क्यों नहीं आउंदा, आपणे की माड़ा करता उहदा? आपां ने नहीं कीता, जिहड़ी अपनी बुढ़ी ने बेइज्जती करवाई है ना उहने कीता। चल खड़ जा, दो दिन देखदे आ डीकदे आ, आ गए तो ठीक है, नहीं पर भाई जिवें तैनूं ठीक लग्गा उवें कर लई। जे तू चाहनी है तेरा भाई सड़कां ते आ जे, जमा नंग होके बैठ जे, तां जिवें हज कढ़िया दी ना उवें फड़ के कढ़ दी, मैं तैनूं जमा नहीं रोकदा। पर ये सोच लई वी उहदे नाल नाल चार किले भी जाणगे, जे मैं उहनूं घरों नहीं कढ रहा तां इही कारण है, मैं चाहुंदा वी चार किले भी रह जाण ते उह वी घरों निकल जे, नाले वड्डी मां नूं अकल आ जे। चंगा पानी पी लै, नाले आ जा दवाई दवा लिया मैं तैनूं, सोच लै। ਲਾਪ੍ਰੀਤ ਹਾਂ ਜੀ ਮੇਰੀ ਗੱਲ ਸੁਣ। ਦੱਸੋ। ਦੇਖ ਮੈਥੋਂ ਨਹੀਂ ਪ੍ਰੀਤ ਨੂੰ ਐਵੇਂ ਦੇਖਿਆ ਜਾਂਦਾ, ਉਹ ਮੋਟਾ ਜਿਹਾ ਮੂੰਹ ਕਰੀ ਬੈਠੀ ਹੈ, ਨਾਲੇ ਤੈਨੂੰ ਨਹੀਂ ਪਤਾ ਉਹਦੇ ਸੁਭਾਅ ਦਾ, ਉਹਨੂੰ ਗੁੱਸਾ ਬਹੁਤ ਆਉਂਦਾ, ਐਵੇਂ ਕੁਛ ਨਾ ਕਰ ਲਿਆ ਉਹ। ਫਿਰ ਹੁਣ ਮੈਂ ਕੀ ਕਰਾਂ, ਤੁਹਾਨੂੰ ਵੀ ਪਤਾ ਮੇਰੇ ਕੋਲ ਇਸ ਚੀਜ਼ ਦਾ ਕੋਈ ਹੱਲ ਨਹੀਂ। ਪ੍ਰੀਤ ਨੂੰ ਮੈਂ ਕਿੰਨਾ ਸਮਝਾ ਲਿਆ ਨਾ, ਜਦੋਂ ਕਿਸੇ ਦੀ ਗੱਲ ਮੰਨਦੀ ਨਹੀਂ ਉਹੀ ਬਸ ਬਣਾ ਉਹਦੇ ਵਿੱਚ, ਬਸ ਹਿੰਟ ਨਹੀਂ ਛੱਡਦੇ ਆਪਦੀ ਕੁਛ ਹੋ ਜੇ ਚਾਹੇ। ਆਪਣੇ ਜਿਵੇਂ ਪਹਿਲਾਂ ਪਹਿਲਾਂ ਚੋਰੀ ਵਾਲੀ ਸਕੀਮ ਲੜਾਈ ਸੀ ਨਾ, ਵਧੀਆ ਕੰਮ ਕਰ ਗਈ ਸੀ ਉਹ, ਐਵੇਂ ਆਪਾਂ ਕੁਛ ਹੋਰ ਕਰ ਦੇ। ਕਿੱਥੇ ਕੰਮ ਕਰ ਗਈ ਸੀ, ਜੇ ਕੰਮ ਕਰੀ ਹੁੰਦੀ ਨਾ ਜੋਰਾ ਬਾਪੂ ਇਸ ਘਰ 'ਚ ਨਾ ਹੁੰਦਾ, ਕੋਈ ਸਕੀਮ ਆਪਣੀ ਕੋਈ ਕੰਮ ਨਹੀਂ ਕਰਦੀ ਤਾਰੀ, ਹੁਣ ਕੁਛ ਨਹੀਂ ਕਰ ਸਕਦੀ ਇਸ ਤੋਂ ਬਾਅਦ। ਫਿਰ ਵੀ ਵੱਡੀ ਉਹਨੇ ਸੋਚਿਆ ਤਾਂ ਹੈਗਾ ਸੀ ਵੀ ਹਾਂ ਹੋ ਸਕਦਾ ਜੋਰੇ ਨੇ ਚੱਕਿਆ ਹੋਵੇ, ਆਪਾਂ ਐਵੇਂ ਕਰਦੇ ਹਾਂ ਕੁਛ ਨਾ ਕੁਛ ਹੋਰ ਚੋਰੀ ਕਰਕੇ ਨਾ ਉਹਦੇ ਗੱਲ ਲਾ ਦਿੰਦੇ ਹਾਂ, ਅੱਜ ਰਾਤ ਨੂੰ ਇਹ ਕੰਮ ਕਰਦੇ ਵੀ ਤੜਕੇ ਨੂੰ ਪੜਾਕਿਆ ਪਿਆ ਹੀ ਹੋਵੇ। ਅੱਛਾ ਜੇ ਵੱਡੀ ਮੰਮੀ ਨੂੰ ਮਾੜੀ ਮੋਟੀ ਵੀ ਖਬਰ ਆ ਗਈ ਨਾ ਵੀ ਇਹ ਸਾਰਾ ਕੁਛ ਆਪਾਂ ਕਰ ਰਹੇ ਹਾਂ ਆਪਣੇ ਨਾਲ, ਉਹ ਮੈਨੂੰ ਨੀ ਪਤਾ, ਕੁਛ ਮਰਜ਼ੀ ਕਰ, ਅੱਜ ਰਾਤ ਨੂੰ ਕੁਛ ਐਸਾ ਵੈਸਾ ਕਰ ਵੀ ਸਵੇਰੇ ਨੂੰ ਜੋਰਾਂ ਘਰੋਂ ਬਾਹਰ ਥਿਆ। ਮੇਰੀ ਗੱਲ ਤਾਂ ਸੁਣ ਲਓ, ਮੇਰੇ ਕੋਲ ਦਿਮਾਗ ਹੈ ਕੋਈ ਮਸ਼ੀਨ ਨਹੀਂ ਹੈਗੀ। ਮੈਨੂੰ ਪਤਾ ਤੂੰ ਕੋਈ ਨਾ ਕੋਈ ਸਕੀਮ ਲੜਾ ਲੇਗੀ, ਮੈਂ ਤੈਨੂੰ ਕਹਿਤਾ। ਬਸ ਤੂੰ ਕੋਈ ਸਕੀਮ ਲੜਾ ਲੇਗੀ, ਸਾਰਾ ਕੁਛ ਮੇਰੇ ਤੇ ਸੁੱਟ ਦਿਆ ਕਰੋ। ਮੱਛਲੀ ਵਰਗੀ ਹਾਲਤ ਹੋਈ ਪਈ ਆ ਮੇਰੀ, ਵਿੱਚ ਵਿਚਾਲੇ ਫਸੀ ਬੈਠੀ ਆ ਮੈਂ। ਸ਼ਿਕਾਰੀਆਂ ਦੇ ਹੱਥ ਲੱਗਦੀਆਂ ਤਾਂ ਵੀ ਮਰਦੀਆਂ, ਪਾਣੀ ਦੇ ਵਿੱਚ ਰਹਿੰਦੀਆਂ ਤਾਂ ਵੀ ਮਰਦੀਆਂ, ਕਰਾਂ ਕੀ ਕੁਛ ਸਮਝ ਚ ਨਹੀਂ ਆ ਰਿਹਾ। ਪਤਾ ਨਹੀਂ ਉਹ ਦਿਨ ਕਦੋਂ ਆਊਗਾ ਜਦੋਂ ਮੈਂ ਇਹਨਾਂ ਨੂੰ ਸਾਰਾ ਕੁਝ ਦੱਸ ਦੂੰਗੀ ਕਿ